ਹੁਣ ਦੇਖੋ ਜਿਹੜੀ ਪਲਾਸਟਿਕ ਦੀ ਦੂਰ ਬੰਦ ਹੋਣ ਕਰਕੇ ਲੋਕੀ ਧਾਗਾ ਬੜੀ ਖੁਸ਼ੀ ਨਾਲ ਲੈ ਰਹੇ ਆ। ਕਈ ਲੋਕ ਕਸਟਮਰ ਆਪ ਕਹਿ ਰਹੇ ਆ ਵੀ ਅਸੀਂ ਬਿਲਕੁਲ ਬਾਈਕਾਟ ਕਰ ਰਹੇ ਹਾਂ ਪਲਾਸਟਿਕ ਦੌਰ ਦਾ, ਔਰ ਜਿਹੜੇ ਚੰਦ ਬੰਦੇ ਰਹਿ ਗਏ ਆ ਜਿਹੜੇ ਹੁਣ ਵੱਧ ਤੋਂ ਵੱਧ ਇਹ 80% ਧਾਗਾ ਵਿਕਣਾ ਸ਼ੁਰੂ ਹੋ ਗਿਆ, ਜਿਹੜਾ 20% ਵਿਕ ਰਿਹਾ ਸੀ ਤਾਂ ਉਹਨੂੰ ਵੀ ਅਪੀਲ ਕਰਦੇ ਹਾਂ ਵੀ ਪਲਾਸਟਿਕ ਦੌਰ ਛੱਡ ਕੇ ਇਹ ਪੁਰਾਣੀ ਜਿਹੜੀ ਸਦੀਆਂ ਤੋਂ ਚੱਲੀਆਂ ਆ ਰਹੀ ਡੋਰਾਂ ਇਹਨਾਂ ਨੂੰ ਯੂਜ਼ ਕਰਨ ਔਰ ਆਪਣੇ ਲਾਈਟ ਪੈਰੀ ਪਿੱਛੇ ਅਵੇਅਰ ਹੋ ਰਹੇ ਨੇ ਜੀ ਲੋਕ, ਨਹੀਂ ਅਵੇਅਰ ਹੋ ਰਹੇ ਨੇ, ਕਈ ਮਾਂ ਪਿਓ ਅਪੀਲ ਵੀ ਕਰ ਰਹੇ, ਹੁਣ ਪਿੱਛੇ ਬੱਚਿਆਂ ਨੇ ਯਾਤਰਾ ਵੀ ਕੱਢੀ ਸੀ ਸਕੂਲ ਦੇ ਬੱਚਿਆਂ ਨੇ, ਔਰ ਆਪਣਾ ਉਹਦੇ 'ਚ ਸਾਫ਼ ਕਿਹਾ ਸੀ ਵੀ ਚਾਈਨਾ ਡੋਰ ਬਿਲਕੁਲ ਨਾ ਵਰਤੀ ਜਾਵੇ। ਔਰ ਅਗਰ ਗੱਲ ਕਰੀਏ ਇਸ ਸਮੇਂ ਬਾਜ਼ਾਰ 'ਚ ਰੌਣਕਾਂ ਕਿੱਦਾਂ ਦਿਖ ਰਹੀ ਹੈ? ਬਾਜ਼ਾਰ 'ਚ ਦੇਖੋ ਰੌਣਕ ਤਾਂ ਪੂਰੀ ਹੈ ਜੀ ਇਸ ਟਾਈਮ, ਪਤੰਗ ਲੋਕ ਲੋਹੜੀ ਦਾ ਤਿਉਹਾਰ ਹੈ, ਥੋੜ੍ਹੇ ਥੋੜ੍ਹੇ ਮਾਰਜਾਂ ਥੋੜ੍ਹੇ ਪੈਸੇ 'ਚ ਤਿਉਹਾਰ ਮਨਾਇਆ ਜਾਂਦਾ, ਲੋਕ ਬੜੀ ਖੁਸ਼ੀ ਨਾਲ ਤਿਉਹਾਰ ਮਨਾ ਰਹੇ। ਇੰਡੀਅਨ ਡੋਰ ਭਾਅ ਜੀ ਅਸੀਂ ਤਾਂ ਬੜੀ ਮਤਲਬ ਟਾਈਮ ਤੋਂ ਉਡਾ ਰਹੇ ਇੰਡੀਅਨ ਡੋਰ ਨਾਲ, ਛੋਟੇ ਹੁੰਦੇ ਇੰਡੀਅਨ ਡੋਰ ਨਾਲ ਉਡਾਉਂਦੇ ਸੀਗੇ, ਅਤੇ ਬਾਅਦ 'ਚ ਜਿਹੜੀ ਹੁਣ ਚਾਈਨੀਜ਼ ਆ ਗਈ ਵਿੱਚ ਉਹਨਾਂ ਕੰਮ ਖਰਾਬ ਕਰਤਾ, ਬਹੁਤ ਖਤਰਨਾਕ ਡੋਰ ਹੈ ਕਿ ਜਿੱਥੇ ਫਿਰ ਜਾਂਦੀ ਵੱਢ ਦਿੰਦੀ, ਬਿਲਕੁਲ ਕੱਟ ਦਿੰਦੀ ਆ, ਇੰਨੇ ਆ ਪੰਛੀ ਵਗੈਰਾ ਮਰਦੇ ਆ, ਬਹੁਤ ਖਤਰਨਾਕ ਹੈ, ਉਹ ਬੰਦ ਹੋਣੀ ਚਾਹੀਦੀ, ਬਹੁਤ ਟਾਈਮ ਤੋਂ ਅਸੀਂ ਵੀ ਸੋਚ ਰਹੇ ਸੀ, ਅਤੇ ਬਹੁਤ ਵਧੀਆ ਮਤਲਬ ਸਰਕਾਰ ਨੇ ਕਦਮ ਚੁੱਕਿਆ ਕਿ ਬੰਦ ਹੋ ਜਾਵੇ, ਅਤੇ ਅਸੀਂ ਵੀ ਹੁਣ ਦੇਖੋ ਧਾਗੇ ਵਾਲੀ ਲੈਣ ਆਏ ਹੋਏ ਹਾਂ ਅਤੇ ਧਾਗੇ ਵਾਲੀ ਹੀ ਲੈ ਰਹੇ ਹਾਂ, ਬਹੁਤ ਵਧੀਆ ਜੀ, ਮਤਲਬ ਧਾਗੇ ਵਾਲੀ ਹੀ ਵਿਕਣੀ ਚਾਹੀਦੀ ਹੈ, ਚਾਈਨੀਜ਼ ਬੰਦ ਹੋਣੀ ਚਾਹੀਦੀ ਹੈ। ਪਿਛਲੇ ਸਾਲ ਤੋਂ ਲਗਭਗ ਡਬਲ ਹੋ ਗਈ ਹੈ, ਔਰ ਚਾਈਨਾ ਦੀ ਜਿਹੜੀ ਪਲਾਸਟਿਕ ਦੀ ਡੋਰ ਹੈ ਉਹ ਬਿਲਕੁਲ ਬਾਈਕਾਟ ਹੋ ਗਿਆ, ਔਰ ਗਾਹਕ ਵੀ ਸਮਝਣ ਲੱਗ ਪਿਆ ਇਸ ਚੀਜ਼ ਨੂੰ ਕਿ ਵੀ ਚਾਈਨਾ ਡੋਰ ਦੇ ਨਾਲ ਇਨਸਾਨ ਦੇ ਨਾਲ ਨਾਲ ਜਾਨਵਰਾਂ ਨੂੰ ਵੀ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ, ਇਸ ਕਰਕੇ ਗਾਹਕ ਵੀ ਨਹੀਂ ਮੰਗ ਰਿਹਾ। ਇੱਕ ਉਹਦਾ ਤੋੜ ਇੱਕ ਹੋਰ ਨਿਕਲ ਗਿਆ ਕਿ ਗਾਹਕ ਕਈ ਕਹਿੰਦੇ ਸੀ ਕਿ ਗੱਟੂ ਲੈਣਾ, ਉਹਨਾਂ ਨੂੰ ਕੋਈ ਮਤਲਬ ਨਹੀਂ ਚਾਈਨਾ ਡੋਰ ਜਾਂ ਇੰਡੀਅਨ ਡੋਰ, ਉਹਨਾਂ ਨੂੰ ਮਤਲਬ ਗੱਟੂ ਦਾ, ਉਹ ਫਿਰ ਹੁਣ ਕੰਪਨੀਆਂ ਨੇ ਜਿਹੜਾ ਜੀ ਮਤਲਬ ਉਹ ਗੱਟੂਆਂ ਦੇ ਵਿੱਚ ਧਾਗੇ ਵਾਲੀ ਡੋਰ ਜਿਹੜੀ ਹੈ, ਧਾਗੇ ਵਾਲੀ ਡੋਰ ਜਿਹੜੀ ਹੈ ਉਹ ਗੱਟੂਆਂ ਦੇ ਵਿੱਚ ਆ ਗਈ, ਜਿਸ ਤਰ੍ਹਾਂ ਕਿ ਤੁਸੀਂ ਆਹ ਦੇਖੋ ਆਹ ਡੋਰਾਂ ਨੂੰ ਦਿਖਾਓ ਕਿ ਵੀ ਮਤਲਬ ਜਿਹੜਾ ਇਹ ਧਾਗੇ ਦੀਆਂ ਡੋਰਾਂ ਆ ਗਈਆਂ ਗੱਟੂਆਂ ਦੇ ਵਿੱਚ, ਜਿਹਦੇ ਨਾਲ ਕਿ ਜਿਹੜੇ ਬੱਚੇ ਤੰਗ ਕਰਦੇ ਸੀ ਪੇਰੈਂਟਸ ਨੂੰ, ਉਹ ਮਤਲਬ ਬੱਚੇ ਵੀ ਹੁਣ ਤੰਗ ਨਹੀਂ ਕਰਦੇ ਕਿਉਂਕਿ ਬੱਚੇ ਕਹਿੰਦੇ ਨੇ ਗੱਟੂ ਲੈਣਾ, ਗੱਟੂ ਜਿਹੜਾ ਉਹ ਗੱਟੂ ਦੇ ਵਿੱਚ ਹੁਣ ਧਾਗੇ ਵਾਲੀ ਡੋਰ ਆ ਗਈ ਹੈ, ਇਸ ਕਰਕੇ ਪੇਰੈਂਟਸ ਵੀ ਖੁਸ਼ ਨੇ ਕਿ ਬਈ ਮਤਲਬ ਬੱਚੇ ਜਿੱਦ ਨਹੀਂ ਕਰ ਰਹੇ, ਹੁਣ ਜਿਹੜੀ ਜਿੱਦ ਕਰਦੇ ਸੀ ਗੱਟੂਆਂ ਦੀ ਉਹ ਗੱਟੂ ਵੀ ਬਾਜ਼ਾਰ ਦੇ ਵਿੱਚ ਉਪਲਬਧ ਹੋ ਗਏ ਨੇ, ਔਰ ਬੱਚੇ ਵੀ ਖੁਸ਼ ਨੇ ਔਰ ਪੇਰੈਂਟਸ ਵੀ ਖੁਸ਼ ਨੇ, ਔਰ ਸਸਤੀ ਵੀ ਹੈ ਡੋਰ, ਤੇ ਲੋਕ ਹੁਣ ਪਸੰਦ ਕਰਨ ਲੱਗ ਗਏ, ਲੋਕ ਹੁਣ ਇੰਡੀਅਨ ਡੋਰ ਨੂੰ ਪਸੰਦ ਕਰਨ ਲੱਗ ਪਏ। ਇਹ ਦੁਬਾਰਾ ਜਿਹੜਾ ਅੱਜ ਤੋਂ 15 ਸਾਲ ਤੋਂ ਵੀ ਪਿੱਛੇ ਜਿਸ ਤਰ੍ਹਾਂ ਡੋਰ ਵਿਕਦੀ ਸੀ ਬਰੇਡੀ ਦੀ, ਉਸੇ ਤਰ੍ਹਾਂ ਹੀ ਦੁਕਾਨਾਂ ਹੁਣ ਬਰੇਡੀ ਦੀ ਡੋਰ ਦੇ ਨਾਲ ਭਰੀਆਂ ਹੋਈਆਂ, ਔਰ ਅਲੱਗ ਅਲੱਗ ਤਰ੍ਹਾਂ ਦੀਆਂ ਤੁਸੀਂ ਅੱਜ ਚਰਖੀਆਂ ਦਿਖਾਓ ਵੀ ਬਹੁਤ ਵਧੀਆ ਵਧੀਆ ਨਵੇਂ ਤਰੀਕੇ ਨਾਲ ਚਰਖੀਆਂ ਜਿਹੜੀਆਂ ਮਤਲਬ ਉਹ ਆਈਆਂ ਹੋਈਆਂ, ਐਡੀਆਂ ਖੂਬਸੂਰਤ ਚਰਖੀਆਂ, ਚਰਖੀ ਦੇਖ ਕੇ ਹੀ ਮਨ ਕਰ ਜਾਂਦਾ ਗਾਹਕ ਦਾ ਕਿ ਵੀ ਮਤਲਬ ਬਰੇਡੀ ਦੀ ਹੀ ਡੋਰ ਲੈਣੀ। ਔਰ ਪਤੰਗਾਂ ਨਵੀਆਂ ਨਵੀਆਂ ਪਤੰਗਾਂ ਆਈਆਂ, ਪਤੰਗਾਂ ਦਿਖਾਓ ਮਤਲਬ ਨਵੇਂ ਤੋਂ ਨਵੇਂ ਡਿਜ਼ਾਈਨ ਪਤੰਗਾਂ ਦੇ, ਔਰ ਸੂਤੀ ਪੇਪਰ ਦੇ ਵਿੱਚ ਜਿਹੜਾ ਕਿ ਉੱਪਰ ਆਕਾਸ਼ ਦੇ ਵਿੱਚ ਪਤੰਗ ਜਦੋਂ ਜਾਂਦਾ ਹੈ, ਅਗਰ ਉਸ ਵੀ ਹੁੰਦੀ ਹੈ ਉਸ ਦੇ ਵਿੱਚ ਵੀ ਪਤੰਗ ਨਹੀਂ ਫਟੇਗਾ। ਹਾਂਜੀ, ਇਹ ਨਵਾਂ ਪੇਪਰ ਆਇਆ ਜਿਹਦੇ ਨਾਲ ਕਿ ਮਤਲਬ ਕਈ ਵਾਰ ਏਦਾਂ ਹੁੰਦਾ ਕਿ ਬੱਚਾ ਪਤੰਗ ਉਡਾਉਂਦਾ ਹੈ ਲੇਕਿਨ ਕੁਛ ਦੇਰ ਬਾਅਦ ਜਿਹੜਾ ਮਤਲਬ ਉਹ ਪਤੰਗ ਗਿੱਲਾ ਹੋ ਕੇ ਉਹ ਫਟ ਜਾਂਦਾ ਤੇ ਬੱਚਾ ਨਿਰਾਸ਼ ਹੋ ਜਾਂਦਾ, ਹੁਣ ਉਹ ਵੀ ਕੰਮ ਨਹੀਂ ਹੋਏਗਾ ਕਿਉਂਕਿ ਇਹ ਪੇਪਰ ਜਿਹੜਾ ਹੈਗਾ ਇਹ ਸੂਲਤੀ ਪੇਪਰ, ਇਹ ਉਸ ਦੇ ਨਾਲ ਵੀ ਖਰਾਬ ਨਹੀਂ ਹੁੰਦਾ।